ਲਓ ਜੀ ਪਹੁੰਚ ਗਿਆ ਬਖਸ਼ਾ ਉੱਤੇ ਵਿਖਾ ਕੇ ਤੁਹਾਨੂੰ ਸ਼ਰਦਾ ਗੜੀ ਮਾਹੌਲ ਮਿੰਟ ਲੱਗੇ ਆ ਜਿੱਦਾਂ ਕਹਿੰਦਾ ਨੀ ਅਸੀਂ ਤਾਂ ਹਾਈਲੈਂਡ ਹੀ ਲੈਣਾ ਉਹ ਦਿਲ 'ਚ ਜਿਹੜੀ ਜਰਸੀ ਆ ਗੁਆਂਢੀ ਆ ਗਈ ਉਹ ਸਾਰੇ ਗੱਲ ਕਹੀ ਸੀ ਕਿ ਟਰੈਕਟਰ ਮੇਰੇ ਕੋਲ ਮੋੜੀ ਨਹੀਂ ਖੜਾ ਫੁੱਲ ਗਰੰਟੀ ਆ ਨਹੀਂ ਆਟਾ ਇਨਸਾਨ ਜੀਂਦੇ ਜੀਂਦੇ ਘੱਟ ਪਾਉਂਦਾ ਰਿਹਾ ਵਾ ਮਰਨ ਤੋਂ ਬਾਅਦ ਵੀ ਕੋਈ ਮੁਕਾਬਲਾ ਨਹੀਂ ਹੋਣ ਡਿਆ ਆਪਣਾ ਸ਼ਹਿਰ ਆ ਗਿਆ ਉਧਰ ਅੰਮ੍ਰਿਤਸਰ ਤੋਂ ਗੜੀ ਸ਼ਹਿਰ ਆ ਗੁਰਦੁਆਰਾ ਸਾਹਿਬ ਅੰਤਰੀ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿੰਮੇਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਫਿਰ ਮੋਡੀਫਿਕੇਸ਼ਨ ਦੀ ਚੱਲੂਗੀ ਬਾਰਿਸ਼ ਹੋ ਰਹੀ ਹੈ ਵੇਖ ਸਕਦੇ ਹਾਂ ਆਪਾਂ ਜੀ ਸਾਰਾ ਨਾ ਸਾਰੇ ਟਰੈਕਟਰ ਸੈੱਡ ਦੇ ਅੰਦਰ ਹੀ ਲੱਗੇ ਹੋਏ ਵੇਖ ਸਕਦੇ ਹਾਂ ਠੀਕ ਆ ਕਿਉਂਕਿ ਮਹਿੰਦਰਾ ਸਾਰੇ ਇੱਥੇ ਲੱਗੇ ਆ ਕੋਈ ਜਮੀਰ ਭਾਈ ਦੇ ਘਰ ਲੱਗੇ ਆ ਵਿਖਾਉਂਦੇ ਹਾਂ ਵੀ ਤੁਹਾਨੂੰ ਜੌਂਡੀਅਰ ਬਿਲਕੁਲ ਰੈਡੀ ਸਾਡੇ ਜਿੰਨੇ ਵੀ ਹੈਗੇ ਪਰ ਹੁਣ ਇਸ ਟਾਈਮ ਵਾਰੀ ਜਿਹੜੀ ਆ ਹੋਲੈਂਡ ਦੀ ਹੈ ਹੋਲੈਂਡ ਦਾ ਜਿੰਨਾ ਵੀ ਕਹਿ ਸਕਦੇ ਹਾਂ ਵੀ ਟਰੈਕਟਰ ਆਇਆ ਆਪਣੇ ਕੋਲ ਸਾਰੇ ਇਸ ਟਾਈਮ ਵਰਕਸ਼ਾਪ ਦੇ ਅੰਦਰ ਲੱਗੇ ਆ ਕੋਈ ਇੱਕ ਦੋ ਟਰੈਕਟਰ ਬਾਹਰ ਹੋਣਗੇ ਕਿਉਂਕਿ ਵਰਕਸ਼ਾਪ ਪੂਰੀ ਭਰੀ ਪਈ ਹੈ ਇਕੱਲਾ ਹੋਲੈਂਡ ਲੱਗਾ ਵਾ ਖਾਣ ਦੇ ਚੱਲ ਕੇ ਬਾਰਿਸ਼ ਵੀ ਹੋ ਰਹੀ ਵਾ ਪਰ ਕੱਲ੍ਹ ਆਪਾਂ ਥੋੜ੍ਹਾ ਮੌਕਾ ਸਾਂਭਲਿਆ ਪਤਾ ਹੈ ਬਾਰਿਸ਼ ਆਉਣੀ ਇਸ ਤੋਂ ਪਹਿਲਾਂ ਆਪਾਂ ਵਰਕਸ਼ਾਪ ਫ੍ਰੀ ਕਰਕੇ ਅੰਦਰ ਟਰੈਕਟਰ ਚੇਂਜ ਕਰ ਲਏ ਜਿਹੜੇ ਰੈਡੀ ਟਰੈਕਟਰੀ ਉਹ ਬਾਹਰ ਕੱਢ ਲਏ ਕਿਉਂਕਿ ਟਰਾਈ ਤਾਂ ਹੋਣੀ ਨਹੀਂ ਹੁਣ ਹਫ਼ਤਾ ਖੰਡ ਜਿੰਨੇ ਦਿਨ ਵੀ ਬਾਰਿਸ਼ ਜੇ ਵੱਧ ਪੈ ਗਈ ਫਿਰ ਹਫ਼ਤਾ ਲੱਗ ਜੂ ਜੇ ਘੱਟ ਪਈ ਫਿਰ ਥੋੜ੍ਹੀ ਦਿਨ ਲੱਗ ਜਾਣਗੇ ਅਤੇ ਵਿਖਾਲਦੇ ਹਾਂ ਤੁਹਾਨੂੰ ਇੱਧਰ ਵੇਖ ਸਕਦੇ ਹਾਂ ਅੰਦਰ ਜਿਹੜੇ ਆ ਕਲਾ ਪੱਤਾ ਵੀ ਬਿਠਾ ਨਾਲ ਗੱਡੀ ਲੱਗ ਕੇ ਕਿਉਂਕਿ ਥਾਰ ਜਿਹੜੀ ਇੱਥੋਂ ਕੱਢੀ ਉਹ ਬੜੀ ਦੇਰ ਹੋ ਗਈ ਰੋਟੀ ਪਾਓ ਕੁੱਤੇ ਨੂੰ ਆ ਜਾਓ ਇਹ ਕੁੱਤਾ ਆਪਣਾ ਹੈ ਨਹੀਂ ਕਿਉਂਕਿ ਮੈਂ ਕੁੱਤਿਆਂ ਦਾ ਸ਼ੌਕੀਨ ਨਹੀਂ ਹੈਗਾ ਪਰ ਇਹ ਪਤਾ ਨਹੀਂ ਕੁੱਤਾ ਕਿੱਥੋਂ ਆਇਆ ਬੜੇ ਦਿਨਾਂ ਬਾਅਦ ਹੀ ਵੇਖ ਸਕਦੇ ਹਾਂ ਜੀ ਬਾਰਿਸ਼ ਕਰਕੇ ਅੰਦਰ ਬੈਠਾ ਜਾਂਦਾ ਹੈ ਨਾ ਇਹਨੂੰ ਰੋਟੀ ਪਾਓ ਆ ਗਏ ਇੱਧਰ ਵਿਖਾ ਲਓ ਜੇ ਤੁਹਾਨੂੰ ਜਾ ਕੇ ਇਹ ਟਰੈਕਟਰ ਸਾਰੇ ਆਪਣੇ ਰੈਡੀ ਹੈ ਠੀਕ ਆ ਜੀ ਇਹਨਾਂ ਦਾ ਜਿਕਰ ਕਰਾਂਗੇ ਬਾਅਦ 'ਚ ਅੱਜ ਸਾਡੀ ਸੁੱਖ ਦਾ ਵੱਡੇ ਵੀ ਹੈਗਾ ਬਾਰਿਸ਼ ਕਾਫੀ ਪੈ ਗਈ ਹੈ ਨਾ ਹਾਂਜੀ ਹਾਂਜੀ ਪਾਣੀ ਖਲੋ ਗਿਆ ਸੜਕਾਂ ਦੇ ਉੱਤੇ ਖੇਤੀ ਕੀਤਾ ਫੋਰਮੈਨ ਬਣਿਆ ਟੋਪੀ ਪਾ ਕੇ ਇੱਧਰ ਮੁਗਰ ਹੋਏ ਬੜੀ ਦਾੜੀ ਸੱਟ ਸੁੱਟ ਕਰਾਈ ਇਹਨੇ ਜਾ ਬਾਤ ਮਗਰ ਕਿਹੜੀ ਕਿਹੜੀ ਟੀਮ ਬੈਠੀ ਹੈ ਹੈਪੀ ਫੋਰ ਮੈਂ ਰਾਤੀ ਗਰਮੀ ਤਾਂ ਲੱਗੀ ਗਰਮੀ ਲੱਗੀ ਰਾਤੀ ਬਹੁਤ ਕਾਹਦੇ ਨਾ ਮੱਛੀ ਖਾ ਗਈ ਮੈਂ ਤੂੰ ਕਿੱਥੋਂ ਮੱਛੀ ਖਾ ਲਈ ਰਾਤੀ ਰਾਤੀ ਭਾਜੀ ਖਾਧੀ ਜਲੰਧਰੋਂ ਰਾਤੀ ਜਲੰਧਰੋਂ ਮੱਛੀ ਖਾ ਲਈ ਭੈਣ ਕਿਆ ਬਾਤ ਸੇਠੀ ਤਾਂ ਕਹਿੰਦਾ ਮੈਨੂੰ ਮਾਸਾ ਨਹੀਂ ਪਤਾ ਲੱਗਾ ਮੈਂ ਇੰਨੇ ਕੁ ਨਾਲ ਤੈਨੂੰ ਕਦੇ ਹੀਟ ਹੂੜੀ ਆਈ ਜਿਹੜੀ ਮਾਸਾ ਅੰਦਰ ਤੈਨੂੰ ਗਰਮੀ ਨਾਲ ਕਰਨਾ ਕੰਮ ਹੀ ਨਹੀਂ ਹੈ ਹੈਨਾ ਗਰਮੀ ਨਹੀਂ ਲੱਗੀ ਨਾ ਇਹ ਅੰਦਰ ਗਰਮੀ ਪੈ ਵਰਕਸ਼ਾਪ ਤੇ ਪਹੁੰਚ ਚੱਲੇ ਆ ਜਾ ਕੇ ਅੰਦਰ ਵਿਖਾਲਦੇ ਕਿੰਨੇ ਟਰੈਕਟਰ ਲੱਗੇ ਆ ਕੀਤਾ ਫੋਰਮੈਨ ਜਿਹੜਾ ਵਾ ਉਹ ਪਾਇਲਟ ਹੁੰਦਾ ਹਰ ਗੱਡੀ ਦਾ ਵੇਖ ਸਕਦੇ ਤੁਸੀਂ ਇਹਦੇ ਅੰਡਰ ਹੀ ਕਮਾਂਡ ਆ ਸਾਰੀ ਗੱਡੀ ਦਾ ਕਿਉਂਕਿ ਤੇ ਤੇਰੇ ਅੰਦਰ ਆ ਨਾ ਭਰਾ ਮੇਰੇ ਅੰਦਰ ਕਾਹਦੀ ਹੈ ਹਾਂ ਇਹਦੇ ਅੰਡਰ ਆ ਕਾਫੀ
ਕਰਨਾ ਮੈਂ, ਬਾਰਿਸ਼ੋ ਬਾਰਿਸ਼ ਹੀ ਚੱਲ ਪਿਆ ਸੀ ਅੱਜ। ਜਗ੍ਹਾ ਸਾਈਡ ਬਹੁਤ ਟਰਾਈ ਲੈਣਾ, ਉਹ ਜਗ੍ਹਾ ਵੀ ਜਿਹੜੀ ਹੈ ਨਾ ਉੱਥੇ ਵੀ ਟਰਾਈ ਲੈ ਸਕਦੇ ਹਾਂ। ਇਹ ਨਹੀਂ ਹੈਗਾ ਵੀ ਸਾਡੀ ਜਿਹੜੀ ਜਗ੍ਹਾ ਗਿੱਲੀ ਹੋ ਗਈ ਉਹ ਟਰਾਈਆਂ ਨਹੀਂ ਹੋਣੀਆਂ, ਉਹ ਜਗ੍ਹਾ ਸਾਡੇ ਕੋਲ ਠੀਕ ਹੈ। ਇਹ ਆਪਣਾ ਸ਼ਹਿਰ ਆ ਗਿਆ ਉਹਦੇ ਨੂੰ ਅੰਮ੍ਰਿਤਸਰ ਤੋਂ ਗੜੀ ਸ਼ਹਿਰ ਆ, ਗੁਰਦੁਆਰਾ ਸਾਹਿਬ ਉੱਧਰ ਵੀ ਗੁਰਦੁਆਰਾ ਸਾਹਿਬ ਆ ਜੀ, ਗੁਰਦੁਆਰਾ ਸਾਹਿਬ ਬਾਬਾ ਤੇਗ ਬਹਾਦਰ ਜੀ ਦਾ ਵਾ ਠੀਕ ਆ, ਪਾਵਨ ਧਰਤੀ। ਇਹ ਰਾਜੂ ਫਰੂਟ ਵਾਲਾ ਇਹਦਾ ਤਾਂ ਕਰਤਾ ਕੰਮ ਕਹਿੰਦੇ ਅੱਖਾਂ ਨੇ। ਇਹ ਨਹਿਰ ਆ ਜਿਹੜੀ ਵਰਸ਼ਾ ਦੇ ਲਾਗੋਂ ਦੀ ਲੰਘਦੀ ਆ, ਵੱਡੀ ਨਦੀ। ਇਹ ਆ ਗਿਆ ਬਾਜ਼ਾਰ, ਸਟਾਰਟ ਹੋ ਗਿਆ ਬਾਜ਼ਾਰ ਹੈ ਨਾ। ਝਾੜੂ ਫਿਰਨ ਡੇ ਇੱਥੇ, ਝਾੜੂ ਦਾ ਕੰਮ ਹੋ ਗਿਆ ਕਿਤੇ। ਅੱਜ ਕਾਲੀ ਵੀ ਗੱਡੀ ਲੈ ਕੇ ਆਈ, ਐਂ ਕਾਲੀ ਗੱਡੀ 'ਚ ਆਉਂਦਾ ਜੀ ਅੱਜ ਕੱਲ੍ਹ। ਹੁਣ ਮੁੜ ਕੇ ਆਪਣੇ ਕਾਲੀ ਯਾਰ ਕੋ ਠੀਕ ਆ, ਦੇਖ ਸਕਦੇ ਹਾਂ ਕਾਲੀ ਅਤੇ ਮੀਕਾ ਕਿਆ ਬਾਤ ਆ। ਝਾੜੂ ਮਾਰਨ ਡਿਆ ਸੀ ਇਹ ਸਾਡਾ ਕਾਲੀ ਵੀਰ ਆ, ਝਾੜੂ ਦਾ ਤਾਂ ਕੰਮ ਕਰਤਾ ਫਿਰ ਤੂੰ ਜੇ ਮਾਰਨ ਡਿਆ ਤੇ ਦਾਦਾਰੀ। ਹੋਰ ਠੀਕ ਠਾਕ ਆ, ਤੇ ਮੀਂਹ ਪਵਾਈ ਜਾਣਾ ਇੰਨਾ ਇਹ ਵੀ ਜ਼ਰੂਰੀ ਆ, ਹੋ ਗਿਆ ਸਿਹਤ ਲਈ ਫਸਲ ਲਈ। ਅੱਛਾ ਸਿਹਤ ਲਈ ਫਸਲ, ਤੈਨੂੰ ਫਸਲ ਬਾਰੇ ਜਾਣਕਾਰੀ ਹੈਗੀ ਮਾੜੀ ਮੋਟੀ? ਤੁਹਾਨੂੰ ਤੁਹਾਨੂੰ ਵਿਹਲੇ ਰੱਖਣ ਲਈ? ਨਹੀਂ ਅਸੀਂ ਵਿਹਲੇ ਨਹੀਂ ਹੈਗੇ, ਅਸੀਂ ਤਾਂ ਭੈਣ ਟੀਨਾ ਪਾ ਦੇਣੀਆਂ ਦੋਵਾਂ ਕਿੱਲਿਆਂ 'ਤੇ, ਉੱਥੇ ਟਰਾਈ ਹੋਇਆ ਕਰੂੰ। ਆਹੋ ਇਹ ਤਾਂ ਹੈ, ਫਿਰ ਹੋ ਸਕਦਾ। ਹਾਂ ਆਓ ਚਲੀਏ ਫਿਰ ਦੁਕਾਨ 'ਤੇ ਵਿਖਾਉਂਦੇ ਤੁਹਾਨੂੰ ਮੌਲ ਗਈ। ਨਹੀਂ ਥੈਂਕ ਯੂ, ਆਓ ਮਿਹਰਬਾਨੀ, ਥੈਂਕ ਯੂ ਚਾਹ ਪੀਣੇ ਤੇਰੀ, ਚਾਹ ਤੇਰੀ ਪੈਂਡਿੰਗ ਰਹਿ ਗਈ ਸਾਡੇ ਕੋਲ। ਓਕੇ ਬਹੁਤ ਬਹੁਤ ਮਿਹਰਬਾਨੀ। ਆਹ ਕਾਲੀ ਦੀ ਜਨ ਗੱਡੀ ਆ ਵੇਖ ਸਕਦੇ ਤੁਸੀਂ, ਬੜੀ ਸਾਂਭੀ ਜਾਂਦੇ ਹੈ ਨਾ। ਇਹ ਕਾਲੀ ਦਾ ਨੰਬਰ ਜੇ ਕਿਸੇ ਕਨੈਕਟ ਕਰਨਾ ਕਰ ਸਕਦਾ, ਇਨਵੇਟਰ ਲਵਾਉਣਾ ਹੋਵੇ, ਬੈਟਰੀ ਲਵਾਉਣੀ ਹੋਵੇ, ਟ੍ਰੈਕਟਰ ਨਾ ਕਾਲੀ ਇੱਦਾਂ ਹੀ ਆ। ਮਿਹਰਬਾਨੀ ਬਹੁਤ ਬਹੁਤ, ਥੈਂਕ ਯੂ। ਮੈਂ ਤੇਰੀ ਮਸ਼ਹੂਰੀ ਕਰਤੀ ਆਪਣੀ ਵੀਡੀਓ 'ਚ, ਮੈਨੂੰ ਕੋਈ ਨਾ ਕੋਈ ਬੈਟਰੀ ਦੇ ਦੀ ਹੁਣ। ਠੀਕ ਆ ਸਰ, ਚੰਗਾ ਆਓ ਸੇਵਾ ਕਰੀਏ, ਕਰਦੇ ਆਣ ਕੇ ਕਰਦੇ ਸੇਵਾ, ਬੈਟਰੀ ਕਰਨੀ ਆਪਾਂ ਇੱਕ। ਮਿਹਰਬਾਨੀ ਜ਼ਰੂਰ। ਹਾਂ ਵੀਡੀਓ ਪਾਤੀ ਤੇਰੀ, ਲਓ ਜੀ ਪਹੁੰਚ ਗਿਆ ਵਰਕਸ਼ਾਪ 'ਤੇ, ਤਾਂ ਵਿਖਾ ਦਿਓ ਤੁਹਾਨੂੰ ਵਰਕਸ਼ਾਪ ਦਾ ਗਾੜੀ ਮਾਹੌਲ ਹੁਣ ਅੰਦਰ ਕਿੰਨਾ ਪੈਸਾ ਹੈ ਸਾਰੀ। ਇੱਧਰ ਵੇਖ ਸਕਦੇ ਸਾਡੇ ਸਿੱਧੂ ਮੂਸੇ ਦੀ ਤਸਵੀਰ ਲੱਗੀ, ਆਪੋ ਆਪਣੀ ਆਈ ਡੀ ਤੇ ਸ਼ੋਅ ਹੋਣ ਡਿਆ, ਕਿਸੇ ਦੀ ਆਈ ਡੀ ਨੀ ਸ਼ੋਅ ਹੋਣ ਡੀ, ਕਿੱਥੇ ਚੱਲਣ ਡੀ ਰੀਲ, ਕਿੰਨੀਆਂ ਰੀਲਾਂ ਪੈ ਗਈਆਂ। ਇਹ ਇਨਸਾਨ ਜੀਂਦੇ ਜੀ ਕੇ ਧੱਕ ਪਾਉਂਦਾ ਰਿਹਾ ਵਾ, ਮਰਨ ਤੋਂ ਬਾਅਦ ਵੀ ਕੋਈ ਮੁਕਾਬਲਾ ਨਹੀਂ ਹੋਣ ਡਿਆ ਕਿਸੇ ਦਾ, ਤੇ ਨਾ ਕੋਈ ਕਰ ਹੀ ਸਕਦਾ ਵਾ। ਇਹ ਆਪਣਾ ਵਾਅਦਾ ਤੁਹਾਡੇ ਨਾਲ, ਮੁਕਾਬਲਾ ਕਰਨਾ ਸਿੱਧੂ ਮੂਸੇ ਵਾਲੇ ਦਾ ਬਹੁਤ ਜ਼ਿਆਦਾ ਔਖੇ ਆ, ਦੋਹਰੇ ਜਨਮ ਲੈਣ ਵਾਲੀ ਗੱਲ ਆ। ਠੀਕ ਆ ਜੀ, ਅੰਦਰ ਦਾ ਮਾਹੌਲ ਵੇਖ ਸਕਦੇ, ਸਾਰੇ ਹਾਈਲੈਂਡ ਲੱਗੇ ਆ, ਜਿੱਦਾਂ ਕਹਿੰਦਾ ਨਹੀਂ ਅਸੀਂ ਤਾਂ ਹਾਈਲੈਂਡ ਹੀ ਲੈਣਾ, ਵਿਖਾਲਦੇ ਹਾਂ। ਠੀਕ ਆ ਜੀ, ਸ਼ੁਰੂ ਕਿੱਥੋਂ ਕਰੀਏ ਜੀ, ਕਿਹੜਾ ਡਾਕਟਰ ਲੱਗਾ ਵਾ? ਵਰਕਸ਼ਾਪ ਅੰਦਰ ਕਿਉਂ ਨਹੀਂ ਖੋਲਣ ਡੇ, ਕਿੱਥੇ ਗਿਆ ਹੈਪੀ ਫੋਰਮੈਨ? ਹੈਪੀ ਪਹਿਲੇ ਡਾਕਟਰ ਤੋਂ ਸਟਾਰਟ ਕਰਦੇ ਵੀ ਕਿਹੜੇ ਪਿੰਡ ਦਾ,
ਇਹ ਆਪਣੇ ਜ਼ਿਲ੍ਹੇ ਦਾ ਡਾਕਟਰ ਗੁਰਦਾਸਪੁਰ ਦਾ ਪਿੰਡ ਕਾਲਾ ਅਫਗਾਨਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ 2021 ਮਾਡਲ। ਇਹਨਾਂ ਭਰਾਵਾਂ ਕੋਲ ਟਰੈਕਟਰ ਹੋਰ ਬਣਾ ਦਿੰਦੇ ਸੀ, ਉਹ ਆਪਾਂ ਟਰੈਕਟਰ ਇਹਨਾਂ ਦੇ ਕਹਿ ਕੇ ਸੇਲ ਕਰਾ ਕੇ ਇਹਨਾਂ ਨੂੰ ਹੌਲੈਂਡ ਲੈਣ ਨੂੰ ਕਿਹਾ ਅਤੇ ਹੌਲੈਂਡ ਇਹਨਾਂ ਨੇ ਲੈ ਲਿਆ। ਹੁਣ ਕਰਾਂਗੇ ਮੋਡੀਫਾਈ, ਸਿੱਧੇ ਇੱਥੇ ਹੀ ਆਏ ਲੈਣ ਤੋਂ ਬਾਅਦ। ਅੱਜ ਇਹ ਟਰੈਕਟਰ ਹੈਗਾ ਖੇਲ ਤਰਨ 25-5 ਸਾਲ 2016 ਮਾਡਲ। ਇਹ ਟਰੈਕਟਰ ਦਾ ਥੋੜ੍ਹਾ ਜਿਹਾ ਜ਼ੋਰ ਵੱਧ ਹੋਇਆ ਵਾ ਕਿਉਂਕਿ ਪੈਰ ਬਹੁਤ ਤਗੜੇ ਪਏ, ਇੱਕ ਗਾੜੀ ਵੀ ਅਤੇ ਪਿੱਛੇ ਵੀ। ਇਹਨੂੰ ਮੋਡੀਫਿਕੇਸ਼ਨ ਥੋੜ੍ਹੀ ਬਿਲਕੁਲ ਹਾਰਡ ਦੇਣੀ ਪੈਂਦੀ, ਦਵਾਈ ਦੇਈਦੀ ਜਿੱਦਾਂ ਜ਼ਿਆਦਾ ਹਾਰਡ ਮੈਡੀਸਨ ਦੇਈ ਦੇ, ਉੱਦਾਂ ਨਹੀਂ ਜ਼ਿਆਦਾ ਹਾਰਡ ਦੇਣੀ। ਸਮਾਲਾ ਲੁਧਿਆਣੇ ਦਾ ਟਰੈਕਟਰ ਇਹ ਰਹਿ ਗਿਆ, ਇਹ ਵੇਖ ਸਕਦੇ ਹਾਂ ਨਵੀਂ ਆਈਟਮ। ਅੰਦੋਈ ਪਿੰਡਾ ਤਹਿਸੀਲ ਪਠਾਨਕੋਟ ਜ਼ਿਲ੍ਹਾ ਪਠਾਨਕੋਟ 2023 ਵਾਲਾ ਟਰੈਕਟਰ ਹੈ, ਖਰੀਦ ਸਕਦੇ 55-10। ਉਹ ਟਰਬੋ ਲੱਗੂ, ਕੰਪਨੀ ਦਾ ਟਰਬੋ ਨਹੀਂ ਆਉਂਦੀ, ਚੇਂਜਰ ਗੇਅਰ ਹੁੰਦਾ। ਇਹਦੇ ਫੀਚਰ ਦੱਸਦੇ ਤੁਹਾਨੂੰ ਬਾਅਦ 'ਚ ਅਲੱਗ ਤੋਂ, ਹੌਲੈਂਡ ਨੂੰ ਸਾਰਾ ਵੱਖਰਾ ਹੁੰਦਾ ਵਾ, ਅਲੱਗ ਤੋਂ ਵੀਡੀਓ ਪਾਉਂਦੇ ਇਹਦੀ। ਆਈਟਮ ਆਪਾਂ ਜ਼ਿਕਰ ਕਰਦੇ ਕਿਹੜੇ ਕਿਹੜੇ ਪਿੰਡ ਦੇ, ਸਮਸਤਪੁਰ ਸਾਡੇ ਵੀਰ ਦਾ ਟਰੈਕਟਰ ਹੈ, ਆਪ ਤੇ ਭਰਾ ਸਾਡਾ ਅਮੈਰੀਕਾ, ਠੀਕ ਆ। ਅਤੇ ਅੱਗੇ ਦੋ ਟਰੈਕਟਰ ਕਰਕੇ ਭੇਜੀ, ਅੱਗੇ ਵੀ ਦੱਸਿਆ ਸੀ ਤੁਹਾਨੂੰ 7500 ਨਿਊ ਆ ਲੈਣਾ ਅਤੇ 36-2000 ਮਾਡਲ, ਠੀਕ ਆ ਜੀ। ਇੱਧਰ ਲੱਗੇ ਸਾਡੇ ਕੋਲ ਟਰੈਕਟਰ ਹੈ, ਜਾਉਂਦੀਆਂ ਰੇਤੀ ਰਹਿ ਗਿਆ, ਬਾਕੀ ਰੈਡੀ ਕਰਦੇ ਆ। 50-75 ਅੱਜ ਵੀ ਕਰ ਦਾਂਗੇ ਭੁੱਲਰ ਬੇਟ ਢਿਲਵਾਂ ਦਾ ਕਪੂਰਥਲੇ ਦਾ, ਕਿਉਂਕਿ ਇਹ ਟਰੈਕਟਰ ਨੂੰ ਵੀ ਦੋਹਰੇ ਮੋਡੀਫਿਕੇਸ਼ਨ ਦੋਹਰੇ ਕਹਿੰਦੇ ਤੇਰੇ ਦੇਣ ਡੇ ਹੈਗਾ, ਇਹਦਾ ਕਾਫੀ ਸਮਾਨ ਚੇਂਜ ਕੀਤਾ ਫਿਰ ਤਾਰਿਆ ਵਾ, ਅਤੇ ਥੋੜ੍ਹਾ ਦਿੱਕਤ ਵੱਧ ਆਉਂਦੀ ਹੈ ਜਦੋਂ ਮੋਡੀਫਿਕੇਸ਼ਨ ਪਹਿਲਾਂ ਆਈ ਹੋਵੇ। ਖੇਮ ਕਰਨ 25-3 2016 ਮਾਡਲ, ਸਾਰੇ ਟਰੈਕਟਰ ਤੁਹਾਨੂੰ ਮਿਲਦੇ ਆ, ਉਹ ਖੁੱਲ੍ਹੇ ਮਿਲਣਗੇ ਅੱਜ ਸਾਰੇ ਆਪਣੇ ਵਰਤਾਂ ਦੇ ਉੱਤੇ। ਅਤੇ ਇੱਧਰ ਹੈਗਾ ਸੂਰੇ ਵਾਲਾ ਗਿੱਦੜਵਾਹਾ ਸ੍ਰੀ ਮੁਕਤਸਰ ਸਾਹਿਬ 2016 ਵਾਲਾ ਟਰੈਕਟਰ, ਠੀਕ ਆ ਜੀ। ਇਹ ਮੋਡੀਫਿਕੇਸ਼ਨ ਹੋਣ ਜਾ ਰਿਹਾ, ਸਾਰੇ ਇੱਕੋ ਵਾਰੀ ਕਰਨਗੇ ਇਕੱਠੇ, ਠੀਕ ਆ। ਹਾਂਜੀ ਲੱਗੇ ਹੋਏ, ਇਹ ਲੱਗਾ ਸਾਡੇ ਕੋਲ ਪੱਕੇ ਚਿਸ਼ਤੀ ਦਾ, ਜਿੱਥੇ ਅੱਗੇ ਵੀ ਪੰਜਾਬੀ ਕਰਕੇ ਘਲਾਇਆ ਆਪਾਂ ਪੱਕਾ ਚਿਸ਼ਤੀ। ਅਤੇ 2018 ਮਾਡਲ, ਠੀਕ ਆ। ਇੱਧਰ ਲੱਗਾ ਆਪਣੇ ਕੋਲ 2016 ਜਨਾਲਾ ਅੰਮ੍ਰਿਤਸਰ 2016 ਮਾਡਲ, ਸਾਡੇ ਸਰਪੰਚ ਸਾਹਿਬ ਦਾ ਟਰੈਕਟਰ ਹੈ, ਕੋਟ ਗੁਰਬਖਸ਼ ਪਿੰਡ ਅਜਨਾਲਾ ਦਾ, ਜ਼ਿਲ੍ਹਾ ਗੁਰਦਾਸਪੁਰ ਨਹੀਂ ਸੋਰੀ ਉਹਨਾਂ ਦਾ ਅਜਨਾਲਾ ਵਾ, ਠੀਕ ਹੈ ਜੀ। ਅਤੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਜ਼ਿਲ੍ਹਾ, ਇੱਧਰ ਵੇਖ ਸਕਦੇ ਅੰਦਰ ਲੱਗੇ ਜਿਹੜੇ ਟਰੈਕਟਰ ਤਹਿਸੀਲ ਪਲਾਸ ਜ਼ਿਲ੍ਹਾ ਕਪੂਰਥਲਾ, ਠੀਕ ਆ। ਛਪਿੰਡਾ ਵੀ 36 ਹੈਗਾ ਸਰਾਵਾਂ ਬੋਤਲਾਂ ਦਾ 2024 ਮਾਡਲ, ਵੇਖ ਸਕਦੇ ਆਪਾਂ 4x4। ਇਹ 50 HP ਕੈਟਾਗਰੀ ਵਾਲਾ ਟਰੈਕਟਰ, ਅੱਗੇ ਵੀ ਕਾਫੀ ਟਰੈਕਟਰ ਕੀਤੇ ਆਪਾਂ ਮੋਡੀਫਾਈ, ਮੇਨ ਨਿਸ਼ਾਨੀ ਦੱਸੀ ਤੁਹਾਨੂੰ ਬਾਹਰੋਂ ਜੱਜ ਕਰਨਾ, ਦੇ ਬ੍ਰੇਕ ਪੈਂਡਲ, ਲਾਈਟਾਂ, ਸਟੀਅਰਿੰਗ, ਪਾਏਦਾਨ, ਫੁੱਟਰੈਸਟ, ਠੀਕ ਆ। ਔਰ ਡੀਜ਼ਲ ਫਿਲਟਰ ਜੀ ਆਪਸ਼ਨ ਚੇਂਜ ਆ। ਇਹ ਭਰਾ ਦਾ ਜੀ 53 ਜਾਉਂਡੀਆ 4x4 ਬਿਲਕੁਲ ਨਵਾਂ ਫਰੈਸ਼ ਕਰਕੇ ਘਲਾਇਆ ਸੀ, ਅਬੋਰ ਏਜੰਸੀ ਆ ਸਾਡੇ ਭਰਾ ਦੀ, ਉਹਨਾਂ ਦੀ ਉਹਨਾਂ ਹੀ ਭੇਜਿਆ ਵੀ ਜਾਂ ਮੇਰੀ ਫੁੱਲ ਗਰੰਟੀ ਹੈ ਜਾਂ ਕੇ ਮੋਡੀਫਾਈ ਕਰਾ। ਕਈ ਏਜੰਸੀਆਂ ਵਾਲੇ ਭਰਾ ਦੇ ਕਹਿ ਦਿੰਦੇ ਸਾਡੀ ਗਰੰਟੀ ਖਤਮ ਹੋ ਗਈ ਜੇ ਤੂੰ ਬਾਹਰੋਂ ਮੋਡੀਫਾਈ ਕਰਾ ਲਿਆ, ਜੇ ਤੂੰ ਬਾਹਰੋਂ ਹੱਥ ਲਵਾ ਲਿਆ, ਸਾਡੀ ਗਰੰਟੀ ਖਤਮ।
ਪਰ ਅਬੋਹਰ ਜ਼ਿਲ੍ਹੇ ਦੀ ਗੱਲ ਕਰਨ ਡਿਆ ਮੈਂ। ਅਬੋਹਰ ਜ਼ਿਲ੍ਹੇ 'ਚ ਜਿਹੜੀ ਏਜੰਸੀ ਆ ਨਾ ਜਿਉਂਡੀਆ ਦੀ, ਸਾਡਾ ਭਰਾ ਚੜ੍ਹਤਵਾ ਉਹਦੀ ਏਜੰਸੀ ਆ, ਮਤਲਬ ਚੜ੍ਹਤ ਦੇ ਨਾਂ 'ਤੇ ਜਾਣਦਾ ਮੈਂ, ਏਜੰਸੀ ਦਾ ਤਾਂ ਨਾਂ ਦਾ ਪਤਾ ਨਹੀਂ ਜੀ। ਉਹ ਭਰਾ ਨੇ ਗੱਲ ਕਹੀ ਸੀ ਕਿ ਟਰੈਕਟਰ ਮੇਰੇ ਕੋਲ ਮੋੜੀ ਬਿਖਰਾ, ਫੁੱਲ ਗਰੰਟੀ ਆ ਮੇਰੀ। ਅਤੇ ਵਧੀਆ ਗੱਲ ਯਾਰ, ਸਾਨੂੰ ਵੀ ਹੌਸਲਾ ਹੁੰਦਾ। ਕਈ ਵਾਰ ਇੱਦਾਂ ਦੇ ਪਾਰਟ ਹੁੰਦੇ ਜਿਹੜੇ ਮੋਡੀਫਿਕੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕਿ ਜਦੋਂ ਟਰੈਕਟਰ ਲੀਕ ਹੋ ਜਾਂਦਾ ਤਾਂ ਨਾ ਮੋਡੀਫਿਕੇਸ਼ਨ ਦਾ ਲੱਗ ਜਾਂਦਾ। ਠੀਕ ਆ, ਟੋਟਰ ਭੁਰਦਾ ਸਮਰਾਲਾ ਲੁਧਿਆਣਾ ਰੈਡੀ ਹੋ ਗਿਆ। ਠੀਕ ਆ, ਇੱਧਰੋਂ ਸਟਾਰਟ ਕਰਦੇ 56-20 ਅਤੇ ਸਾਰੇ 56-20 ਲੱਗੇ ਅਤੇ 30 ਲੱਗਾ ਅਤੇ ਸਾਲਾ ਫਲਾਨਾ, ਫਿਰ ਉਹੀ ਭਰਾ ਸਾਡੇ ਦਾ, ਸਾਡੇ ਬਾਲੀ ਵੀਰ ਦਾ, ਉਹ ਵੀ ਟਰੈਕਟਰ ਹੋਰ ਬ੍ਰਾਂਡ ਦਾ ਸੀ। ਪਰ ਆਪਾਂ ਕਹਿੰਦੇ ਟਰੈਕਟਰ ਬ੍ਰਾਂਡ ਚੇਂਜ ਕਰਦੇ ਫਿਰ ਮੋਡੀਫਾਈ ਕਰ ਦਾਂਗੇ ਪੂਰੀ ਭੱਜ ਕੇ। ਉਹ ਲੈਣ ਕੇ ਜ਼ਿਆਦਾ ਸੀ ਨਾ, ਆਪਾਂ ਧੋਲਾਮਾ ਨਹੀਂ ਆਉਣਾ, ਉਹ ਟੁੱਟ ਭੱਜ ਨਹੀਂ ਆਉਣੀ। ਇਹ ਭਰਾ ਨੇ ਟਾਇਰ ਪਵਾ ਵੀ ਛੱਡ ਗਿਆ, ਦੇਖੋ ਵੱਡੇ ਟਾਇਰ ਪਏ ਨੇ, ਆਹ ਲੱਗ ਨਹੀਂ ਨਿਕਲ ਜਾਂਦੇ। ਇਹ ਪਿੰਡ ਹੈਗਾ ਟਿੱਬਾ 27-22 ਵਾਹ, ਇਹ ਦੁਬਾਰਾ ਕਰਨੀ ਮੋਡੀਫਾਈ ਕਰਦੇ ਟਿੱਬੇ ਪਿੰਡ ਦਾ, ਜਿੱਥੇ ਤੁਹਾਡਾ ਬੰਟੀ ਵੀਰ ਆ, ਬੰਟੀ ਟਿੱਬਾ ਕਬੱਡੀ ਰੇਡਰ ਬਹੁਤ ਮਸ਼ਹੂਰ ਹੈ ਨਾ, ਉਹਦੇ ਪਿੰਡ ਦਾ ਟਿੱਬਾ 27-22 ਜਲੰਕ ਕਪੂਰਥਲਾ ਹੋ ਹੀ ਆ, ਬਾਈ ਨੂੰ ਦੁਬਾਰਾ ਮੋਡੀਫਿਕੇਸ਼ਨ ਕਰ ਰਹੇ ਨੇ ਅਤੇ ਇਹਨੂੰ ਵੀ ਦੁਬਾਰਾ ਕਰ ਰਹੇ ਟਿੱਬਾ, ਕਿਉਂਕਿ ਹੁਣ ਉਸੇ ਭਰਾ ਦੇ ਟਰੈਕਟਰ ਦੋਵੇਂ 50-20 ਇੱਕੋ ਘਰੋਂ ਆਏ ਆ, ਇੱਕੋ ਪਰਿਵਾਰ ਦੇ ਟਰੈਕਟਰ ਹੈ, ਉਹ 22 ਆ ਲਈ ਕੀ ਆ, ਇਹ 56-30 ਹੈ, ਬਿਲਕੁਲ ਫਰੈਸ਼ ਟਰੈਕਟਰ ਆ। ਪਰ ਰੱਬੋਂ ਉੱਚੀ ਪਾਇਲ ਲੁਧਿਆਣਾ 2021 ਮਾਡਲ, ਰੱਬੋਂ ਉੱਚੀ ਪਿੰਡ ਆ ਪਾਇਲ ਤਹਿਸੀਲ ਲੁਧਿਆਣਾ 2020 ਮਾਡਲ। ਹੁਣ ਵੇਖ ਸਕਦੇ ਵੀ ਕਿੰਨੇ ਟਰੈਕਟਰ ਲੱਗੇ ਜੀ। ਠੀਕ ਹੈ, ਸਾਰੇ ਮੋਡੀਫਾਈ ਹੋ ਰਹੇ ਨਹੀਂ ਕਦੇ, ਸਾਰੇ ਹੋ ਰਹੇ। ਬਾਕੀ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਨੂੰ ਬਹੁਤ ਜਾਣਕਾਰੀ ਵੀਡੀਓ ਮਿਲਣਗੀਆਂ। ਠੀਕ ਆ ਜੀ, ਵੇਖ ਸਕਦੇ ਹਾਂ ਇੱਧਰ ਨੂੰ। ਠੀਕ ਆ, ਹੁਣ ਬਹਿ ਕੇ ਕਰਦੇ 2 ਮਿੰਟ ਤੁਹਾਡੇ ਨਾਲ ਵਰਕਸ਼ਾਪ ਦੇ ਵਿੱਚ ਜਾਂ ਸਾਰੀ ਕੰਮ ਬਾਰਿਸ਼ ਹੋਈ ਆ, ਠੰਡ ਪੈ ਰਹੀ ਆ। ਹੁਣ ਸਾਰੇ ਭਰਾਵਾਂ ਦੇ ਹੱਥ ਜੁੜ ਕੇ ਬੇਨਤੀ ਕਿ ਤੁਹਾਡਾ ਆਪਣਾ ਚੈਨਲ ਆ ਚੰਗਾ ਟਰੈਕਟਰ ਬੌਸ, ਇਹਨੂੰ ਜਿੰਨਾ ਤੁਸੀਂ ਸ਼ੇਅਰ ਕਰਦੇ ਜੇ ਬਹੁਤ ਬਹੁਤ ਧੰਨਵਾਦ, ਕਮੈਂਟ ਵਧੀਆ ਕਰਦੇ ਜੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ, ਥੈਂਕ ਯੂ ਆ। ਔਰ ਦੂਸਰੀ ਗੱਲ ਕਰਨੀ ਆਪਾਂ ਇਹ ਕਿ ਹੁਣ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਵੀ ਮਿਲਣਗੀਆਂ, ਸਾਰੇ ਟਰੈਕਟਰਾਂ ਦੀ ਆਪਾਂ ਜਾਣਕਾਰੀ ਦਿਆ ਕਰਾਂਗੇ, ਜਿੰਨੀ ਤੁਹਾਨੂੰ ਜਾਣਕਾਰੀ ਹੈਗੀ ਆ, ਮਤਲਬ ਜਿੰਨੀ ਕੁ ਨਹੀਂ ਹੈਗੀ ਵੀ ਪੂਰੀ ਹੈਗੀ ਆ, ਉਹਦੀ ਜਾਣਕਾਰੀ ਤੁਹਾਨੂੰ ਮਿਲਾਇਆ ਕਰੂੰਗੀ। ਕਈ ਕਿਸਾਨ ਭਰਾਵਾਂ ਨੂੰ ਮਾਫੀ ਚਾਹੁੰਦਾ ਵਾ, ਬਹੁਤ ਕਿਸਾਨ ਭਰਾਵਾਂ ਨੂੰ ਪਤਾ ਟਰੈਕਟਰ ਕਿੱਦਾਂ ਆਉਣਾ, ਪਰ ਕਈ ਕਿਸਾਨ ਭਰਾਵਾਂ ਇਹ ਨਹੀਂ ਪਤਾ ਵੀ ਲਿਫਟ ਦੇ ਲੀਵਰ ਤੋਂ ਕਿੱਥੋਂ ਆਉਣਾ, ਉਹ ਵੀ ਤੁਹਾਨੂੰ ਵੀਡੀਓ 'ਚ ਦੱਸਿਆ ਕਰਾਂਗੇ। ਕਈ ਕਮੈਂਟ ਕਰਨਗੇ ਯਾਰ ਤੂੰ ਦੱਸਣ ਡਿਆ, ਸਾਨੂੰ ਕਿਹੜਾ ਪਤਾ ਨਹੀਂ ਆ, ਪਰ ਮੇਰੇ ਕੋਲ ਬਹੁਤ ਜ਼ਿਆਦਾ ਕਿਸਾਨ ਭਰਾ ਇੱਦਾਂ ਦਿੰਦੇ ਜਿਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਬਹੁਤ ਘੱਟ ਆ, ਉਹ ਹੱਥ 'ਚ ਫੜ ਕੇ ਲੀਵਰ ਵਾਉਂਦੇ ਹੁੰਦੇ, ਇਹੋ ਜਿਹੀਆਂ ਵੀ ਗੱਲਾਂ ਕਰਾਂਗੇ। ਸਾਂਭ ਸੰਭਾਲ 'ਤੇ ਟਰੈਕਟਰ ਦੀ ਵੀ ਗੱਲ ਕਰਾਂਗੇ, ਜਿੱਦਾਂ ਅੱਜ ਆਪਾਂ ਵੀਡੀਓ ਲੋਡ ਕਰਨੀ ਇੱਕ, ਅਤੇ ਉਹਦੇ ਪੰਪ ਦੀ ਤੁਹਾਨੂੰ ਦੋਵਾਂ ਟਰੈਕਟਰਾਂ ਦੇ ਪੰਪ ਦੀ ਅੰਦਰੂਨੀ ਵੀਡੀਓ ਵਿਖਾਵਾਂਗੇ ਕਿ ਫਰਕ ਕੀ ਹੈ, ਡੀਜ਼ਲ ਦਾ ਕਿੰਨਾ ਫਰਕ ਪੈਂਦਾ ਵਾ, ਉਹ ਚੀਜ਼ ਬਾਰੇ ਦੱਸਦੇ ਤੁਹਾਨੂੰ। ਇਹ ਤੁਹਾਡਾ ਬਹੁਤ ਬਹੁਤ ਧੰਨਵਾਦ, ਬਾਰਿਸ਼ ਪਈ ਆ, ਇਹ ਉਹਨਾਂ ਕਿਸਾਨ ਭਰਾਵਾਂ ਦੀ ਬਾਕੀ ਵੀਡੀਓ ਆ, ਜਿਹੜੇ ਭਰਾ ਸਾਡੇ ਕੋਲ ਟਰੈਕਟਰ ਬੁੱਕ ਕਰਵਾਉਣਾ ਚਾਹੁੰਦੇ ਆ, ਬੁੱਕ ਕਰਾਂਗੇ, ਬਸ ਆਹ ਸੀਜ਼ਨ ਨਹੀਂ ਬੁੱਕ ਕਰਾਂਗੇ, ਕਹਿਣ ਨਾਲ ਵੀ 2 ਮਹੀਨੇ ਲਈ ਬੁੱਕ ਕਰਾਂਗੇ, ਉਸ ਤੋਂ ਬਾਅਦ ਫਿਰ ਬੁਕਿੰਗ ਸਟਾਰਟ ਕਰ ਦਾਂਗੇ। ਅਤੇ ਇਸ ਸੀਜ਼ਨ ਦੇ ਵਿੱਚ ਇੰਨੇ ਟਰੈਕਟਰ ਹੁੰਦੇ ਜਿਹੜੇ ਆਪਾਂ ਬੁੱਕ ਕੀਤੇ ਹੋਏ ਆ, ਪੂਰਾ ਜ਼ੋਰ ਲਾ ਕੇ ਸਾਰੇ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।